ਵੀਡੀਓ ਦੇਖ ਰਹੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੁਹਾਨੂੰ ਇੱਕ ਬਹੁਤ ਹੀ ਸੋਹਣਾ, ਬਹੁਤ ਹੀ ਖਤਰਨਾਕ, ਇੱਕ ਅਜੀਬ ਕਿਸਮ ਦਾ ਜੰਗਲ ਦਿਖਾਉਣਾ ਜਿਹੜਾ ਤੁਸੀਂ ਅੱਗੇ ਕਦੇ ਨਹੀਂ ਦੇਖਿਆ ਹੋਣਾ। ਤੁਸੀਂ ਦੇਖੋ ਦਰੱਖਤ, ਇਹ ਜਿਹੜੀਆਂ ਬਿੱਲਾਂ ਆ ਨਾ, ਇਹ ਸਭ ਤੋਂ ਪਹਿਲਾਂ ਤਾਂ ਦਰੱਖਤ ਦੇ ਉੱਤੇ ਚੜ੍ਹਦੀਆਂ, ਦਰੱਖਤ ਨੂੰ ਖਾ ਜਾਂਦੀਆਂ ਅਤੇ ਆਪਣੇ ਆਪ ਨੂੰ ਦਰੱਖਤ ਦਾ ਰੂਪ ਧਾਰਨ ਕਰ ਲੈਂਦੀਆਂ। ਤਾਂ ਦਰੱਖਤ ਦਾ ਹਾਲ ਦੇਖ ਲਓ ਕੀ ਕਰਕੇ ਛੱਡਦੀਆਂ। ਦੇਖੋ ਤੁਸੀਂ, ਆਹ ਖਜੂਰ ਹੈ, ਇਹਨੂੰ ਲਪੇਟਾ ਪਾਇਆ, ਆਪਣੇ ਆਪ ਨੂੰ ਦਰੱਖਤ ਦਾ ਰੂਪ ਧਾਰਨ ਕਰ ਲਿਆ ਅਤੇ ਇਹਨੂੰ ਖਾ ਜਾਣਾ ਇਹਨਾਂ ਨੇ। ਬਹੁਤ ਖਤਰਨਾਕ ਜੰਗਲ ਹੈ, ਵਿੱਚੋਂ ਦੇਖਿਓ ਅਜੀਬ ਜਿਹੀ ਜਿਹੀਆਂ ਆਵਾਜ਼ਾਂ ਆਉਂਦੀਆਂ। ਜੁੜੇ ਰਹੋ ਚੈਨਲ ਦੇ ਨਾਲ, ਤੁਹਾਨੂੰ ਮੈਂ ਸਾਰਾ ਹੀ ਦਿਖਾਲਦਾ। ਇਕੱਲੇ ਨਾ ਆਈਓ ਇੱਥੇ, ਕਦੇ ਇਕੱਲਿਆਂ ਨੂੰ ਉਦੋਂ ਹੀ ਡਰ ਲੱਗਦਾ। ਹਾਲਾਂਕਿ ਨੇੜੇ ਸ਼ਿਵਬਾੜੀ ਹੈਗੀ ਆ, ਤੁਹਾਨੂੰ ਦਿਖਾਲਦਾ ਸ਼ਿਵਬਾੜੀ ਦੇ ਵੀ ਦਰਸ਼ਨ ਕਰਾਉਣਾ ਮੈਂ। ਦੇਖੋ ਉਦੋਂ ਹੀ ਡਰ ਆਉਂਦਾ ਦੇਖ ਕੇ ਇੱਥੇ। ਤੁਸੀਂ ਪਿਛਲੀ ਵੀਡੀਓ ਦੇਖੀ ਹੋਣੀ ਜਿਹੜੇ ਜੰਗਲ ਦੇ ਵਿੱਚ ਕੈਂਪਿੰਗ ਵਾਲੀ ਮੇਰੀ ਇਕੱਲੇ ਦੀ, ਉਸ ਦਿਨ ਵੀ ਅਸੀਂ ਇਸ ਜੰਗਲ ਦੇ ਵਿੱਚ ਮੈਂ ਆਇਆ ਸੀਗਾ, ਪਰ ਉਸ ਦਿਨ ਇਕੱਲਾ ਹੋਣ ਕਰਕੇ ਇੱਕ ਡਰ ਲੱਗਦਾ ਸੀ। ਜੰਗਲ ਬੜਾ ਸੰਘਣਾ, ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਕਿੰਨਾ ਖਤਰਨਾਕ ਬਣਿਆ ਹੋਇਆ, ਅਤੇ ਦੇਖ ਕੇ ਮੈਂ ਲੱਗਾ ਕਿ ਮੈਨੂੰ ਇਕੱਲੇ ਨੂੰ ਮੈਂ ਅਨਕੰਫਰਟੇਬਲ ਮਹਿਸੂਸ ਕੀਤਾ ਅਤੇ ਮੈਂ ਫਿਰ ਇੱਥੋਂ ਚਲੇ ਗਿਆ ਸੀਗਾ। ਅਤੇ ਅੱਜ ਆ ਮੇਰੇ ਨਾਲ ਆਏ ਆ ਇੱਕ ਰਾਜੂ ਆ ਅਤੇ ਇੱਕ ਜਰਨੈਲ ਸਿੰਘ ਆ ਜੈਲੀ, ਅਤੇ ਅਸੀਂ ਤਿੰਨੇ ਇਕੱਠੇ ਹੋ ਕੇ ਫਿਰ ਆਏ ਹਾਂ, ਅੱਜ ਇਹਦੀ ਵੀਡੀਓ ਬਣਾ ਰਹੇ ਹਾਂ। ਤੁਸੀਂ ਦੇਖੋ ਮਾਹੌਲ ਕਿੰਨਾ ਖਤਰਨਾਕ ਹੈ। ਰਾਜੂ ਕਿੱਦਾਂ ਲੱਗਾ ਤੈਨੂੰ ਵੀ? ਇੱਥੇ ਆ ਦੇਖੋ ਦਰਖਤ ਜਿਹੜੇ, ਹਾਂ ਕਿੱਦਾਂ ਜੜਾਂ ਖਿਲਰੀਆਂ ਇਹਨਾਂ ਦੀਆਂ, ਕਿੱਧਰ ਨੂੰ ਜਾਂਦੀਆਂ ਵਾ? ਬਿਲਕੁਲ ਬਿਲਕੁਲ ਸਮਝ ਨਹੀਂ ਆ ਰਿਹਾ। ਹਾਂ ਇਹ ਜੜ ਪੈਂਦੀ ਆ ਵੱਡੇ ਦਰਖਤ ਨੂੰ, ਪੈਂਦੀ ਛੋਟੇ ਨੂੰ ਨਹੀਂ ਪੈਂਦੀ। ਠੀਕ ਆ, ਇਹ ਗੱਲ ਨੋਟ ਇੱਥੇ ਕੀਤੀ, ਬਾਕੀ ਤਾਂ ਹੁਣ ਉੱਪਰ ਵਾਲਾ ਜਾਂਦਾ ਜੀ। ਸਹੀ ਆ, ਵੇਲ ਕਾਫੀ ਤਗੜੀ ਆ, ਚੜ੍ਹਦੀ ਵੀ ਇੱਕਦਮ ਚੜ੍ਹਦੀ ਦਰਖਤ ਤੇ। ਤੁਸੀਂ ਕੋਈ ਫਿਲਮ ਦੀ ਗੱਲ ਕਰਦੇ ਸੀ? ਹਾਂ ਇੰਗਲਿਸ਼ ਫਿਲਮ 'ਚ ਇੱਕ 'ਚ, ਨਾਂ ਤਾਂ ਮੈਂ ਹੁਣ ਭੁੱਲ ਗਿਆ ਆ। ਠੀਕ ਹੈ, ਬਟ ਮੈਂ ਦੁਬਾਰਾ ਰਿਮਾਈਂਡਰ ਕਰੂੰਗਾ, ਤੁਹਾਨੂੰ ਦੱਸੂਗਾ। ਠੀਕ ਹੈ, ਉਹਦੇ ਵਿੱਚ ਵੀ ਇੱਕ ਇਦਾਂ ਦੀ ਫਿਲਮ ਹੈ, ਬੀਜ ਆ, ਉਹਨੂੰ ਬੀਜ ਆਪਾਂ ਦੱਬ ਦਿੰਦੇ ਪਾਣੀ ਪੀਂਦਾ, ਤੇ ਉਹ ਆਪਾਂ ਨੂੰ ਯਾਨੀ ਕਿ ਉੱਪਰਲੀ ਦੁਨੀਆ ਨਾਲ ਆਸਮਾਨ ਨਾਲ ਟਕਰਾਉਂਦਾ ਉਹਨਾਂ। ਉਹ ਤਾਂ ਚਲੋ ਫਿਲਮ ਆ, ਪਰ ਆਹ ਤਾਂ ਰਿਐਲਿਟੀ ਆ ਨਾ। ਨਹੀਂ ਇਹ ਬਾਕੀ ਰਿਐਲਿਟੀ ਆ, ਮੈਂ ਤਾਂ ਸੁਣਿਆ ਵੀ ਸੀ ਵੀ ਕੁਝ ਬੇਲਾਂ ਜਿਹੜੀਆਂ ਇਹ ਤਰ੍ਹਾਂ ਜਿਹੜੀਆਂ ਆਪਣੇ ਦਰਖਤਾਂ ਨੂੰ ਖਾਈ ਜਾਂਦੀਆਂ। ਕਿੰਨੇ ਵੱਡੇ ਦਰਖਤ ਆ, ਇਹਨੂੰ ਦੇਖੋ ਇੱਕ ਕਿਸਮ ਦਾ ਖਾ ਹੀ ਲੈਂਦੇ ਆ। ਸੁੱਕੇ ਦਰਖਤ ਕਿੰਨੇ ਪਏ ਆਪਣੇ ਕੋਲ ਨਾ। ਇਸ ਜੰਗਲ ਤੱਕ ਪਹੁੰਚਣ ਲਈ ਤੁਹਾਨੂੰ ਜਦੋਂ ਚਿੰਤਪੁਰਨੀ ਚਾਹੀਦਾ ਨਾ, ਗਗਰੇਟ ਤੋਂ ਅੱਗੇ ਸ਼ਿਵਬਾੜੀ ਆਉਂਦੀ ਆ, ਆਹ ਸਾਹਮਣੇ ਸ਼ਿਵਬਾੜੀ ਦਾ ਗੇਟ ਹੈ। ਜਦੋਂ ਚਿੰਤਪੁਰਨੀ ਚਾਹੀਦਾ ਖੱਬੇ ਪਾਸੇ ਗਗਰੇਟ ਲੰਘਦੇ ਸਾਰ ਹੀ, ਅਤੇ ਉੱਥੋਂ ਹੀ ਇਹ ਜੰਗਲ ਸ਼ੁਰੂ ਹੋ ਜਾਂਦਾ, ਅਤੇ ਇਹਦੇ ਅੰਦਰ ਹੀ ਸ਼ਿਵਬਾੜੀ ਹੈ। ਸ਼ਿਵਬਾੜੀ ਦੇ ਵੀ ਤੁਹਾਨੂੰ ਦਰਸ਼ਨ ਕਰਾਉਣਾ। ਇਹਦਾ ਅਸਲੀ ਜਿਹੜਾ ਸ਼ਿਵਬਾੜੀ ਦਾ, ਆਪਾਂ ਤਾਂ ਸਿੱਧੇ ਨਿਕਲ ਜਾਈਦਾ ਨਾ, ਇਹਦਾ ਜਿਹੜਾ ਗੇਟ ਹੈਗਾ ਆ ਪਿਛਲੇ ਪਾਸੇ ਆ, ਆਹ ਰਸਤਾ ਜਾਂਦਾ ਇੱਧਰ ਨੂੰ। ਇਹ ਹੁਣ ਰਸਤਾ ਚੌੜਾ ਕੀਤਾ ਇਹਨਾਂ ਨੇ, ਥੋੜ੍ਹਾ ਜਿਹਾ ਵਧੀਆ ਸੁਧਾਰ ਕਰ ਰਿਹਾ। ਇਸ ਜੰਗਲ ਦੇ ਵਿੱਚੋਂ ਇੱਕ ਖਾਸੀਅਤ ਹੋਰ ਵੀ ਆ, ਇੱਥੋਂ ਕੋਈ ਲੱਕੜ ਲਿਜਾ ਨਹੀਂ ਸਕਦਾ ਆਪਣੇ ਘਰ। ਜਿੰਨੀ ਵੀ ਲੱਕੜ ਇੱਥੇ ਪਈ ਆ ਨਾ, ਉਹ ਇੱਥੇ ਸੜ ਜਾਏਗੀ, ਅਤੇ ਜਾਂ ਫਿਰ ਇੱਥੇ ਹੀ ਜੋ ਵੀ ਆ ਇਹਦਾ ਇੱਥੇ ਹੀ ਹੋਣਾ, ਮੰਦਰ ਦੇ ਵਿੱਚ ਹੀ ਯੂਜ਼ ਹੋਣਾ ਇਸ ਲੱਕੜ ਦਾ ਸਾਰੀ ਦਾ। ਆਹ ਦੇਖੋ ਜੰਗਲੀ ਜਾਨਵਰ ਵੀ ਕਾਫੀ ਹੈਗੇ, ਬਹੁਤ ਸੰਘਣਾ ਜੰਗਲ ਹੈਗਾ ਇਹ, ਮੈਂ ਤੁਹਾਨੂੰ ਦਿਖਾਲਦਾ ਸਾਰਾ ਹੀ। ਪਹੁੰਚ ਗਏ ਆਪਾਂ ਸ਼ਿਵਬਾੜੀ ਦੇ ਗੇਟ ਦੇ ਸਾਹਮਣੇ। ਦੇਖੋ ਤੁਸੀਂ ਗੇਟ ਸਾਹਮਣੇ, ਆ ਪਰਲੇ ਪਾਸੇ ਸਾਰੇ ਇੱਧਰਲੇ ਪਾਸੇ ਬਹੁਤ ਤਕੜੀ ਗਰਾਊਂਡ ਹੈ, ਅਤੇ ਆਹ ਹੁਣ ਬਾਰਿਸ਼ਾਂ ਬੁਰਸ਼ਾਂ ਕਰਕੇ ਥੋੜ੍ਹਾ ਖਰਾਬ ਹੋਇਆ, ਅਤੇ ਜਦੋਂ ਸ਼ਿਵਰਾਤਰੀ ਹੁੰਦੀ ਤਾਂ ਬਹੁਤ ਵੱਡਾ ਮੇਲਾ ਲੱਗਦਾ ਇੱਥੇ। ਰਸਤਾ ਦੇਖੋ ਕਿੰਨਾ ਸ਼ਾਨਦਾਰ ਹੈ, ਪੱਥਰ ਲੱਗਾ ਸਾਈਡਾਂ 'ਤੇ, ਜੰਗਲੀ ਜਾਨਵਰ ਵਿੱਚ ਨਾ ਆਉਣ, ਉਹਦੇ ਲਈ ਗਰੀਲਾਂ ਗਰੂਲਾਂ ਲੱਗੀਆਂ ਹੋਈਆਂ। ਇਤਿਹਾਸਿਕ ਮੰਦਰ ਹੈ ਇਹ, ਦਰੋਣ ਸ਼ਿਵ ਮੰਦਰ ਸ਼ਿਵਬਾੜੀ। ਆ ਇੰਸਟਰਕਸ਼ਨ ਹੈ, ਵੀਡੀਓ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ। ਪੂਜਾ ਵਾਸਤੇ ਫੁੱਲ ਵੀ ਮਿਲ ਜਾਂਦੇ ਆ, ਨਗਾਰਾ ਵੱਜ ਰਿਹਾ। ਇਸ ਮੰਦਰ ਦੇ ਵਿੱਚ ਚਾਰੇ ਪਾਸੇ ਦਾ ਇੱਕ ਵਾਰੀ ਵਿਊ ਦੇਖੋ ਅੰਦਰ,
ਕਿੰਨਾ ਜੰਗਲ, ਜਿਹੜਾ ਜਿੰਨਾ ਵੀ ਜੰਗਲ ਇਹਦੇ ਵਿੱਚ ਵੀ ਹੈ ਨਾ, ਸਾਰਾ ਸਾਂਭਿਆ ਹੋਇਆ। ਅਤੇ ਸਾਈਡਾਂ 'ਤੇ ਦੇਖੋ ਮੰਦਰ, ਬਹੁਤ ਜ਼ਿਆਦਾ ਮੰਦਰ ਬਣੇ ਆ ਛੋਟੇ ਛੋਟੇ। ਪਹਿਲਾਂ ਇੱਥੇ ਕੁਛ ਸਾਧੂ ਸੰਤ ਹੁੰਦੇ ਸੀ, ਉਹਨਾਂ ਦੇ ਅੰਡਰ ਹੁੰਦਾ ਸੀ, ਅਤੇ ਹੁਣ ਇਹ ਸਰਕਾਰ ਦੇ ਅੰਡਰ ਹੋ ਗਿਆ। ਨੰਦੀ ਭਗਵਾਨ ਜੀ ਸਾਹਮਣੇ ਗਰਭਗ੍ਰਹਿ, 5000 ਸਾਲ ਪੁਰਾਣਾ ਦਰੋਣਾ ਸ਼ਿਵ ਮੰਦਰ, ਸਾਹਮਣੇ ਭੋਲੇ ਸ਼ੰਕਰ ਜੀ ਦੇ ਦਰਸ਼ਨ ਕਰੋ ਸ਼ਿਵਲਿੰਗ ਰੂਪ ਵਿੱਚ। ਸਾਹਮਣੇ ਸੰਖੇਪ ਵਿੱਚ ਇਸ ਮੰਦਰ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ। ਜੈ ਭੋਲੇ ਸ਼ੰਕਰ। ਹਾਂਜੀ ਭਾਈ ਸਾਹਿਬ, ਕਿੰਨਾ ਤੁਹਾਡਾ? ਸੰਜੀਵ ਕੁਮਾਰ ਜੀ। ਅਤੇ ਤੁਸੀਂ ਇੱਥੇ ਕੀ ਕਰਦੇ? ਮੈਂ ਇੱਥੇ ਕਰਮਚਾਰੀ ਹੈ ਜੀ, ਸੇਵਾਦਾਰ। ਠੀਕ ਹੈ ਭਾਈ ਸਾਹਿਬ, ਠੀਕ ਹੈ। ਆ ਜੰਗਲ 'ਚ ਜਿਹੜੀ ਇੰਨੀ ਲੱਕੜੀ ਪਈ ਆ, ਇਹ ਲਿਜਾਂਦਾ ਨਹੀਂ ਕੋਈ? ਨਹੀਂ ਸਰ, ਇੱਥੇ ਕੋਈ ਲਿਜਾ ਨਹੀਂ ਸਕਦਾ, ਲੱਕੜੀ ਜਿਹੜੀ ਹੈ ਇੱਥੇ ਲੰਗਰ ਪਾਣੀ, ਠੀਕ ਹੈ, ਕੋਈ ਸਾਧੂ ਸੰਤ ਧੂਣਿਆਂ ਵਾਸਤੇ ਜਲਾ ਸਕਦਾ ਹੈ। ਅੱਛਾ ਜੀ। ਜਾਂ ਸੰਸਕਾਰ ਵਾਸਤੇ ਆ ਜੀ। ਅੱਛਾ, ਉੱਦਾਂ ਨਹੀਂ ਕੋਈ ਲਿਜਾ ਸਕਦਾ? ਹਾਂਜੀ ਹਾਂਜੀ, ਉੱਦਾਂ ਨਹੀਂ ਜੀ ਲਿਜਾ ਸਕਦਾ, ਉੱਦਾਂ ਹੁੰਦੇ ਤਾਂ ਉੱਦਾਂ ਹੁਣ ਲੱਕੜੀ ਵਾਲਿਆਂ ਨੇ ਤਾਂ ਕਰਦੀ, ਇੱਥੇ ਕੀਮਤੀ ਲੱਕੜ ਕੇ ਪੀਲੀ ਪਜਾਰਾ ਦੇਣੀ ਸੀ ਵੇਚ ਕੇ। ਹਾਂ, ਆਹ ਦੇਖੋ ਉੱਪਰ ਅਤੇ ਆਹ ਥੱਲਿਓਂ ਦੇਖੋ ਕਿੰਨਾ ਵੱਡਾ ਦਰਖਤ ਇਸ ਬੇਲ ਨੇ ਥੱਲੇ ਸੈੱਟ ਲਿਆ। ਕਿੰਨੀ ਮੋਟੀ ਲੱਕੜ ਸੀਗੀ, ਕਿੱਦਾਂ ਲਪੇਟ ਲਿਆ ਇਹਨੂੰ ਦੇਖੋ, ਦੇਖ ਕੇ ਉਦੋਂ ਡਰ ਲੱਗਦਾ ਜੇ ਕਿਸੇ ਨੂੰ ਇਸ ਬੇਲ ਬਾਰੇ ਪਤਾ ਹੋ ਤਾਂ ਜ਼ਰੂਰ ਕਮੈਂਟ ਕਰਿਓ। ਆਹ ਦੇਖੋ, ਆਹ ਪਿੱਪਲ ਦਾ ਦਰਖਤ ਸੀਗਾ, ਇਹਦੇ ਉੱਪਰ ਚੜ੍ਹ ਗਈ ਅਤੇ ਪਿੱਪਲ ਲਗਭਗ ਸੁੱਕਣ ਦੇ ਕਗਾਰ 'ਤੇ ਆ ਚੁੱਕਾ, ਔਰ ਇਹਨੇ ਆਪਣੇ ਆਪ ਨੂੰ ਇੱਦਾਂ ਦਾ ਰੂਪ ਧਾਰ ਲੈਣਾ ਵੀ ਜਿੱਦਾਂ ਇਹ ਆਪ ਹੀ ਪਿੱਪਲ ਹੁੰਦੇ, ਉਹੀ ਪੱਤੇ ਰਹਿਣੇ ਇਹਨਾਂ ਦੇ। ਆਹ ਦੇਖੋ, ਟਾਹਣੇ ਟੁੱਟ ਟੁੱਟ ਕੇ ਡਿੱਗਣ ਲੱਗ ਪਏ। ਆਹ ਦੇਖੋ, ਥੱਲਿਓਂ ਸਿਰਫ ਬੇਲ ਆ, ਉੱਪਰੋਂ ਆਪਣੇ ਆਪ ਨੂੰ ਇਹਨੇ ਦਰਖਤ ਦਾ ਰੂਪ ਧਾਰਨ ਕਰ ਲੈਂਦੀ ਆ। ਜਿਹੜਾ ਵੀ ਦਰਖਤ ਜਿੱਦਾਂ ਦਾ ਹੈਗਾ ਉੱਦਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਉੱਪਰੋਂ ਦੇਖੋ, ਦੇਖ ਕੇ ਉੱਦਾਂ ਹੀ ਡਰ ਲੱਗਦਾ ਸਾਰੇ ਜੰਗਲ 'ਚੋਂ। ਇਸੇ ਕਰਕੇ ਕਹਿੰਦਾ ਇਕੱਲੇ ਨਾ ਆਈ ਹੋ, ਦੋ ਚਾਰ ਜਣੇ ਇਕੱਠੇ ਆਈ ਹੋ ਇੱਥੇ। ਪਹਿਲਾਂ ਮੈਂ ਵੀ ਇਸ ਜੰਗਲ 'ਚ ਆਇਆ ਸੀ, ਪਰ ਇਕੱਲਾ ਡਰ ਡਰਦਾ ਹੀ ਮੈਂ ਨਿਕਲ ਗਿਆ। ਆਹ ਦੇਖੋ ਤੁਸੀਂ ਕਿੰਨੀ ਬੁਰੀ ਤਰ੍ਹਾਂ ਦਰਖਤ ਨੂੰ ਸਿੱਟਿਆ, ਉਹਦੇ ਵਿੱਚੋਂ ਉਹਦੀ ਜੜ੍ਹਾਂ ਨਿਕਲੀਆਂ ਹੋਈਆਂ ਇਹਦੀਆਂ। ਜੜ੍ਹਾਂ ਨਹੀਂ ਹੈ, ਇਹ ਬੇਲ ਹੀ ਆ। ਬੇਲ ਇਹਦੀ, ਇਹਦਾ ਜਿਹੜਾ ਰਸ ਆ ਨਾ, ਉਹ ਸਾਰਾ ਪੀ ਜਾਂਦੀ, ਔਰ ਦਰਖਤ ਦਾ ਹਾਲ ਦੇਖ ਲਓ ਕੀ ਕਰ ਦਿੱਤਾ, ਪੂਰਾ ਖੋਖਲਾ ਕਰ ਦਿੱਤਾ। ਆ ਉੱਪਰ ਦੇਖੋ, ਆਪਣੇ ਆਪਣੇ ਟਾਹਣਿਆਂ ਨਾਲ ਫੇਰ ਮਜ਼ਬੂਤ ਕਰ ਲਿਆ। ਅਤੇ ਥੱਲੇ ਇਹਨਾਂ ਦੇ ਪੱਤੇ ਜਿਹੜੇ ਮੈਨੂੰ ਲੱਗਦਾ ਕੁਛ ਜ਼ਹਿਰੀਲੇ ਆ, ਥੱਲੇ ਕੋਈ ਵੀ ਕੁਛ ਨਹੀਂ ਉੱਗ ਰਿਹਾ ਸਵਾਏ ਬੇਲ ਤੋਂ। ਜਿੱਥੇ ਜਿੱਥੇ ਇਹਦੇ ਪੱਤੇ ਡਿੱਗਦੇ ਉੱਥੇ ਉੱਥੇ ਕੁਛ ਨਹੀਂ ਉੱਗਿਆ, ਲੱਕੜ ਵੀ ਪਈ ਗਲ ਜਾਂਦੀ ਇੱਥੇ। ਉਹ ਦੇਖੋ, ਪੂਰਾ ਜੰਗਲ ਬਣਿਆ ਪਿਆ, ਜੰਗਲੀ ਜਾਨਵਰ ਵੀ ਇਹਦੇ ਵਿੱਚ ਹੈਗੇ ਕਾਫੀ। ਦੇਖੋ, ਜਿੱਥੇ ਵੀ ਲੱਕੜ ਪਈ, ਕੋਈ ਆਪਣੇ ਘਰ ਨਹੀਂ ਲਿਜਾ ਸਕਦਾ ਇਸ ਲੱਕੜ ਨੂੰ। ਆਹ ਦੇਖਣ ਨੂੰ ਦੇਖੋ ਕਿੰਨਾ ਸੋਹਣਾ ਵੀ ਲੱਗਦਾ। ਆਹ ਆ ਬਿੱਲਾ ਨਾ, ਬਾਹਲਾ ਖਤਰਨਾਕ ਤਰੀਕੇ ਨਾਲ ਜਿਹੜਾ ਨਾ ਗੁੰਝਲਦਾਰ ਜਿਹਾ ਕੰਮ ਹੈ ਇਹਨਾਂ ਦਾ। ਬਾਕੀ ਦੇਖੋ, ਜੰਗਲ ਦਾ ਕੋਈ ਅੰਤ ਹੀ ਨਹੀਂ, ਕਿੰਨਾ ਕਿੱਧਰ ਨੂੰ ਆ ਗਏ, ਬਿਲਕੁਲ ਆਈਡੀਆ ਨਹੀਂ ਵੀ ਕਿੱਧਰ ਨੂੰ ਕਿੱਥੇ ਖਤਮ ਆ ਜਾ ਕੇ। ਬਿਲਕੁਲ, ਆਹ ਦੇਖੋ ਕਿੰਨਾ ਤਕੜਾ ਦਰਖਤ ਹੈ, ਇਹਨੂੰ ਬੇਲਾਂ ਨਹੀਂ ਸੈੱਟ ਲਿਆ। ਰਾਜੂ, ਇਸ ਬੇਲ ਬਾਰੇ ਕੋਈ ਜਾਣਕਾਰੀ ਹੈ? ਭਾਜੀ, ਦਰਖਤ ਹੀ ਆ, ਬੋਹੜ ਦਾ ਲੱਗਦਾ ਜਾਂ ਪਿੱਪਲ ਹੋਊਗਾ। ਹਾਂ, ਮਿਕਸਿਆ ਹੋਇਆ ਆ, ਇੱਕ ਤਾਂ ਬੋਹੜ ਆ ਅਤੇ ਇੱਕ ਵਿੱਚ ਪਿੱਪਲ ਆ।
ਜਿਆਦੀ ਤਾਂ ਬੇਲ ਹੀ ਦਿਸਦੀ ਸਾਰੀ। ਹਾਂ ਇਹ ਬੇਲ ਦਾ ਕੋਈ ਉੱਤੇ ਪੱਤੇ ਵੀ ਨਹੀਂ ਨਿਕਲ ਰਹੇ। ਹੁਣ ਆਹ ਦਰਖਤ ਦੇਖ ਕੇ ਨਾ ਹੈਗਾ ਘੈਂਟ ਜਿਹਾ, ਤੇ ਆਹ ਇੱਕ ਵਿੱਚ ਦੀ ਆਹ ਦਰਖਤ ਇੱਕ ਪਾਸੇ ਦੀ ਹੋ ਕੇ ਆ ਦੂਏ ਪਾਸੇ ਨਿਕਲਿਆ, ਇਹਨੂੰ ਸੁਕਾਤਾ ਬੇਲ ਨੇ, ਇਹਨੂੰ ਲਪੇਟਾ ਪਾ ਲਿਆ। ਠੀਕ ਹੈ, ਵਿਚਲਾ ਦਰਖਤ ਸੁਕਾਤਾ ਇਹਨੇ ਆਹ ਸਾਰੇ ਦਾ ਸਾਰਾ, ਹੈ ਨਾ। ਹੁਣ ਜੇ ਥੱਲੇ ਪੱਤੇ ਦੇਖੀਏ ਤਾਂ ਇਹ ਸਾਰੇ ਦੇ ਸਾਰੇ ਦੇਖੋ ਇਹ ਬੋਰਡ ਦੇ ਪਏ ਆ। ਦੇਖੋ ਕਿੰਨਾ ਖਤਰਨਾਕ ਜਿਹਾ ਮਾਹੌਲ ਬਣਿਆ ਇਸ ਜੰਗਲ ਦਾ। ਉੱਪਰ ਤੱਕ ਦੇਖੋ, ਆਹ ਸਾਈਡਾਂ ਦਾ ਦੇਖੋ ਇੱਕ ਵਾਰੀ, ਸਾਰੇ ਇਸੇ ਤਰ੍ਹਾਂ ਦੀ ਇਹ ਹੋਈ ਜਾ ਰਹੇ ਪੱਤੇ। ਆਹ ਦਰਖਤ ਦੇਖ ਲਓ ਇੱਕ, ਆਹ ਵੀ ਵਿੱਚ ਸੁੱਕ ਗਿਆ ਰਾਜੂ। ਸ਼ਾਇਦ ਹੋ ਸਕਦਾ ਇਹ ਬੇਲ ਨੇ ਆਹਦੇ ਵਿੱਚ ਦਰਖਤ ਜਿਹੜਾ ਹੈ ਨਾ ਆਹ ਸਾਰੇ ਦਾ ਸਾਰਾ ਸੁੱਕ ਗਿਆ, ਆਹਦੇ ਵਿੱਚ ਵਿੱਚੋਂ ਖੋਖਲਾ ਕਰ ਦਿੱਤਾ। ਔਰ ਉਸ ਤੋਂ ਬਾਅਦ ਆਪਣਾ ਜਿਹੜਾ ਪੂਰਾ ਪਕੜ ਬਣਾ ਲੈਂਦੀ ਆ, ਉੱਪਰ ਜਾ ਕੇ ਮੋਟੇ ਹੋ ਜਾਂਦੇ ਟਾਹਣੇ ਇਹਦੇ। ਦਰਖਤ ਇਹ ਵੀ ਬਹੁਤ ਤਕੜਾ ਆ ਵੈਸੇ ਰਾਜੂ, ਮੈਨੂੰ ਲੱਗਦਾ ਵੀ ਆਹ ਜਿਹੜੀ ਦੇਖ ਆਹ ਵੀ ਸੁਕਾਇਆ ਪਿਆ ਦਰਖਤ, ਇਹ ਬੇਲਾਂ ਜਿਹੜੀਆਂ ਹੈਗੀਆਂ ਆ ਇਹ ਇਸ ਜਿਹੜੇ ਵੀ ਦਰਖਤ 'ਤੇ ਚੜ੍ਹਦੀਆਂ ਨਾ ਉਸ ਦਰਖਤ ਦੀ ਹਵਾ ਪਾਣੀ ਰੋਕ ਦਿੰਦੀਆਂ। ਬਿਲਕੁਲ ਅੰਦਰ ਸਾਰੀ ਮਿੱਟੀ ਬਣ ਜਾਂਦੀ, ਜਾਨ ਬਹੁਤ ਇਹਦੇ ਵਿੱਚ। ਆ ਕਿੰਨਾ ਦਰਖਤ ਨੂੰ ਵਿੱਚ ਹੀ ਘੁੱਟ ਕੇ ਮਿੱਟੀ ਬਣਾ ਦਿੰਦਾ ਹੈ ਨਾ। ਆਹ ਵੀ ਬਹੁਤ ਤਕੜਾ ਦਰਖਤ ਸੀਗਾ ਜਿਹੜਾ ਬੇਲ ਲਪੇਟਾ ਪਾ ਕੇ ਇਹਨੂੰ ਵੀ ਖਤਮ ਕਰ ਦਿੱਤਾ। ਆਹ ਟਾਹਣੇ ਪਏ ਇਹਦੇ, ਤੁਸੀਂ ਦੇਖ ਸਕਦੇ ਹੋ, ਦੇਖੋ ਬੇਲ ਕਿਤਨੀ ਖਤਰਨਾਕ ਹੈ। ਪੂਰੇ ਦਾ ਪੂਰਾ ਦਰਖਤ ਸੁਕਾਤਾ, ਉਸ ਤੋਂ ਬਾਅਦ ਇਹਦੇ ਜਿਹੜੇ ਪੱਤੇ ਆ ਨਾ ਬਿਲਕੁਲ ਪਿੱਪਲ ਦੇ ਪੱਤਿਆਂ ਵਰਗੇ ਆ। ਆਹ ਦੇਖੋ ਇਹ ਹੁਣ ਸਮਝ ਨਹੀਂ ਆਉਂਦੀ ਹੈ ਕਾਹਦੀ ਬੇਲ ਹੈ, ਅਤੇ ਜੇ ਪੱਤੇ ਦੇਖੀਏ ਬੋਰਡ ਦੇ ਜਾਂ ਪਿੱਪਲ ਦੇ ਪੱਤਿਆਂ ਵਰਗੇ। ਆਹ ਦੇਖੋ ਆਹ ਵੀ ਦਰਖਤ ਦੇਖੋ ਕਿੰਨੀ ਬੁਰੀ ਤਰ੍ਹਾਂ ਜਕੜ ਕੇ ਇਹਨੂੰ ਖਤਮ ਕਰ ਦਿੱਤਾ ਇਹਨਾਂ ਬੇਲਾਂ ਨੇ। ਆਹ ਦੇਖੋ ਪੱਤੇ ਤੇ ਬਿਲਕੁਲ ਪਿੱਪਲ ਵਰਗੇ ਔਰ ਬੋਰਡ ਵਰਗੇ ਆ। ਆਹ ਸਾਹਮਣੇ ਇੱਧਰ ਛਿੱਬੜੀ ਆ, ਛਿੱਬੜੀ ਦੇ ਜੰਗਲਾਂ 'ਚੋਂ ਅੱਜ ਦੀ ਵੀਡੀਓ ਦੀ ਸਮਾਪਤੀ ਹੈ ਜੀ। ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਤੁਸੀਂ ਜਦੋਂ ਵੀ ਕਿਤੇ ਚਿੰਤਪੁਰਨੀ ਜਾਂਦੇ ਆ ਇੱਥੇ ਇਸ ਜੰਗਲ 'ਚ ਜ਼ਰੂਰ ਘੁੰਮ ਕੇ ਜਾਇਓ। ਇਹ ਜਿਹੜੀਆਂ ਬੇਲਾਂ ਹੈਗੀਆਂ ਨਾ ਦੇਖੋ ਜਿੱਦਾਂ ਸ਼ਿਵਜੀ ਮਹਾਰਾਜ ਦੀਆਂ ਜਟਾਂ ਹੁੰਦੀਆਂ ਇਸ ਤਰ੍ਹਾਂ ਦੀਆਂ ਲੱਗਦੀਆਂ, ਕਾਫੀ ਲੋਕ ਇਹੀ ਕੁਛ ਕਹਿੰਦੇ ਆ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਵਿਊਅਰਸ ਨਵੇਂ ਆਏ ਹੈ। ਧੰਨਵਾਦ ਜੀ।